ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਧੂਰੀ ਤੋਂ 5 ਕਿਲੋਮੀਟਰ ਤੇ ਸਥਿਤ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬੜਵਾਲ ਜੋ ਕਿ ਇਲਾਕੇ ਦੀ ਲੋੜ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਦੇਖਦੇ ਹੋਏ ਸਥਾਪਿਤ ਕੀਤਾ ਗਿਆ ਸੀ ਜੋ ਅੱਜ ਦੇ ਅਜੋਕੇ ਸਮੇਂ ਵਿੱਚ ਸਮੂਹ ਸਟਾਫ ਦੇ ਸਹਿਯੋਗ ਸਦਕਾ ਪ੍ਰਿੰਸੀਪਲ ਮਧੂ ਸੁਤਨਮਨ ਦੀ ਰਹਿਨੁਮਾਈ ਹੇਠ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨ ਵਿੱਚ ਸਫਲਤਾ ਹਾਸਲ ਕਰ ਰਿਹਾ ਹੈ। ਇਸ ਸਕੂਲ ਵਿੱਚ ਬੱਚਿਆਂ ਨੂੰ ਆਧੁਨਿਕ ਸਹੂਲਤਾਂ ਰਾਹੀਂ ਵਿੱਦਿਆ ਦੀ ਤਾਲੀਮ ਦਿੱਤੀ ਜਾਂਦੀ ਹੈ। ਇਸ ਸਕੂਲ ਵਿੱਚ ਬੱਚਿਆਂ ਲਈ ਪੜ੍ਹਾਈ ਦੇ ਨਾਲ ਨਾਲ ਸਪੋਰਟਸ, ਕਲਚਰ ਪ੍ਰੋਗਰਾਮ ਅਤੇ ਸਟੱਡੀ ਟ੍ਰਿਪ ਆਦਿ ਵੀ ਆਯੋਜਿਤ ਕੀਤੇ ਜਾਂਦੇ ਹਨ। ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰਨ ਲਈ ਵੈਲ ਐਜੂਕੇਟਡ ਸਟਾਫ, ਖੁੱਲ੍ਹੇ ਅਤੇ ਹਵਾਦਾਰ ਆਧੁਨਿਕ ਸਹੂਲਤਾਂ ਵਾਲੇ ਕੰਪਿਊਟਰ ਲੈਬ, ਕੈਮਿਸਟਰੀ ਲੈਬ, ਬਾਇਓ ਲੈਬ, ਲਾਇਬ੍ਰੇਰੀ, ਡਾਂਸ ਕਲਾਸਰੂਮ ਅਤੇ ਸਾਫ਼ ਸੁਥਰਾ ਮਾਹੌਲ, ਬੱਚਿਆਂ ਦੇ ਆਉਣ ਜਾਣ ਵਾਸਤੇ ਟਰਾਂਸਪੋਰਟ ਅਤੇ ਪੀਣ ਵਾਸਤੇ ਸਾਫ਼ ਸੁਥਰੇ ਪਾਣੀ ਦੀ ਸੁਵਿਧਾ ਉਪਲਬਧ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪੀ ਮਧੂ ਸੁਤਨਮਨ ਅਤੇ ਬੱਚਿਆਂ ਨੇ ਸਕੂਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਦੂਰੀ ਕਾ ਵੋ ਸਕੂਲ ਜੋ ਬਹੁਤ ਹੀ ਥੋੜ੍ਹੇ ਸਮੇਂ ਮੇਂ ਤਕਰੀਬਨ 10-15 ਸਾਲ ਮੇਂ ਇਤਨਾ ਗਰੋਹ ਕਰ ਗਿਆ ਕਿ ਵਰਲਡ ਲੈਵਲ ਪਰ ਜੋ ਹੈ ਇਸਕਾ ਜੋ ਨਾਮ ਹੋ ਗਿਆ ਹੈ ਔਰ ਜਗ੍ਹਾ ਜਗ੍ਹਾ ਜੋ ਹੈ ਇਸਕੀ ਜੋ ਜਿਸ ਤਰੀਕੇ ਸੇ ਏਕ ਛੋਟੇ ਸੇ ਪੌਦੇ ਕੋ ਏਕ ਸ਼ਾਨਦਾਰ ਪੇੜ ਕਾ ਰੂਪ ਦੀਆ ਹੈ ਆਪਨੇ ਔਰ ਇਤਨੀ ਸੇਵਾ ਮਤਲਬ ਇਤਨੇ ਸਾਲੋਂ ਮੇਂ ਕੀ ਹੈ, ਕਿਆ ਇਸ ਸਕੂਲ ਕੇ ਬਾਰੇ ਮੇਂ ਸਰ ਕਹਿਣਾ ਚਾਹੋ। ਐਕਚੁਲੀ ਸਕੂਲ ਨੇ 1992 ਸੇ ਖੋਲੀ ਹੋਈ ਹੈ, ਲਾਸਟ 20 ਈਅਰਸ ਸੇ ਇਹ ਸਕੂਲ ਅੱਜ ਗਲੋਬਲ ਔਰ ਗੋਲਡਨ ਅਵਾਰਡ ਵੀ ਲਿਆ ਹੋਇਆ ਹੈ ਬਾਈ ਅਦਰਵੇਸ ਮੈਨੇਜਮੈਂਟ ਐਸੋਸੀਏਸ਼ਨ ਦੀ 2010 ਔਰ 2011 ਮੇਂ। ਅਭੀ ਇਸ ਸਕੂਲ ਕੋ ਬੈਸਟ ਕੁਆਲਿਟੀ ਗਰਾਊਂਡ ਅਵਾਰਡ ਲੰਡਨ ਮੇਂ ਮਿਲੀ ਵਾਲੇ 2014 ਮੇਂ ਨਵੰਬਰ 30 ਕੋ ਔਰ ਇਸ ਬਾਤ ਕੇ ਲੀਏ ਇਸ ਇਲਾਕਾ ਦੇ ਲੋਕੋਂ ਕੋ ਔਰ ਬੱਚਿਓ ਕੋ ਔਰ ਖਾਸ ਤੌਰ ਸੇ ਮੇਰਾ ਸਟਾਫ ਕੀ ਮਿਹਨਤ ਕੋ ਮੈਂ ਵਧਾਈਆਂ ਦੇਣਾ ਚਾਹਤਾ ਹੂੰ ਔਰ ਐਟ ਦਾ ਸੇਮ ਟਾਈਮ ਮੈਨੇ ਆਪਣੀ ਮੈਨੇਜਮੈਂਟ ਕੋ ਵੀ ਮੈਨੇਜਮੈਂਟ ਨੇ ਹਮਾਰੇ ਸਾਥ ਦੇ ਕੇ ਹਮਾਰੇ ਨਾਲ ਮਿਲ ਕੇ ਹਮਾਰੇ ਉੱਪਰ ਟਰੱਸਟ ਰੱਖਿਆ ਹੋਇਆ ਨੇ ਉਸਕੇ ਲੀਏ ਵੀ ਅਸੀਂ ਬਹੁਤ ਹੀ ਧੰਨਵਾਦੀ ਹਾਂ। ਤੋ ਇਹ ਜੋ ਸਕੂਲ ਇਤਨੀ ਜਲਦੀ ਆਪਕੇ ਮੁਤਾਬਿਕ ਜਲਦੀ ਤਰੱਕੀ ਹੋਈ ਹੈ ਇਸਕੀ ਇੱਕ ਹੀ ਰੀਜ਼ਨ ਹੈ, ਹਮਾਰੀ ਟੀਮ ਐਫਰਟਸ ਹੈ। ਟੀਮ ਐਫਰਟਸ ਕੇ ਕਾਰਨ ਅੱਜ ਇਹ ਸਕੂਲ ਇਸ ਲੈਵਲ ਪੇ ਪਹੁੰਚੀ ਹੋਈ ਹੈ। ਸਰ ਜਿਸ ਤਰੀਕੇ ਸੇ ਯਹਾਂ ਪਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਕੇ ਨਾਮ ਸੇ ਇਹ ਜੋ ਸਕੂਲ ਹੈ GTB ਸਕੂਲ ਮਸ਼ਹੂਰ ਹੈ ਔਰ ਜੋ ਵਾਈਬ੍ਰੇਸ਼ਨਸ ਹੈ ਜੋ ਉਨ੍ਹਾਂ ਕੀ ਪਵਿੱਤਰਤਾ ਹੈ ਔਰ ਜੋ ਐਟਮੋਸਫੀਅਰ ਹੈ ਜੋ ਯਹਾਂ ਕੇ ਬੱਚੇ ਹੋਤੇ ਹੈ ਉਨਕੇ ਲੀਏ ਅਗਰ ਲੜਕਿਓ ਕੀ ਵੀ ਮੈਰਿਜ ਕਰਨੀ ਹੋਤੀ ਹੈ ਤੋ ਅਗਰ ਕਹਤੇ ਉਸ ਸਕੂਲ ਕੇ ਪੜ੍ਹੇ ਹੋ ਤੋ ਉਨਕੋ ਐਟੀਕੇਟਸ ਹੈ ਉਸ ਸਕੂਲ ਮੇਂ ਵੈਲਿਊਜ਼ ਹੈ, ਮਤਲਬ ਕਿਆ ਕਾਰਨ ਹੈ ਕਿ ਆਪ ਲੋਕ ਇੱਕ ਕਰੈਕਟਰ ਬਿਲਡਿੰਗ ਵੀ ਸਾਥ ਮੇਂ ਕਰਵਾ ਰਹੇ ਹੋ, ਇੱਕ ਚਲੋ ਪੜ੍ਹਾਈ ਤੋ ਹੈ ਹੀ, ਪੜ੍ਹਾਈ ਮੇਂ ਤੋ ਆਪਕਾ ਸਕੂਲ ਜੋ ਮੱਲੇ ਮਾਰ ਰਿਹਾ ਹੈ ਡਾਕਟਰੀ ਮੇਂ, ਇੰਜੀਨੀਅਰਿੰਗ ਮੇਂ, ਲੇਕਿਨ ਉਸਕੇ ਸਾਥ ਸਾਥ ਆਪਕਾ ਇਹ ਜੋ ਇੱਕ ਵੈਲਿਊ ਬੇਸਡ ਸਟੱਡੀ ਹੈ ਉਸਕੇ ਬਾਰੇ ਮੇਂ ਕਿਆ ਕਹਿਣਾ ਚਾਹੀਂ। ਐਕਚੁਲੀ ਅੱਜ ਆਪ ਸਭਕੋ ਮਾਲੂਮ ਹੈ ਅੱਜ ਕੱਲ੍ਹ ਸੋਸਾਇਟੀ ਮੇਂ ਸੋਸਾਇਟੀ ਕੀ ਲੋਟ ਆਫ ਚੇਂਜਸ ਆ ਰਹੀ ਹੈ। ਇਸ ਚੇਂਜਸ ਕੋ ਪਹਿਲੀ ਬਾਤ ਇਹ ਹੈ ਹਮਾਰਾ ਜੋ ਫਸਟ ਐਂਡ ਫੋਰਮੋਸਟ ਉਨਕੀ ਡਿਸਿਪਲਿਨ ਕੇ ਉੱਪਰ ਧਿਆਨ ਦਿਆ ਜਾਤਾ ਹੈ ਔਰ ਸਕੂਲ ਆਪਕੇ ਕਹਿਣੇ ਕੇ ਮੁਤਾਬਿਕ ਗੁਰੂਓਂ ਕੀ ਨੌਵੀਂ ਪਾਤਸ਼ਾਹ ਦੇ ਨਾਮ ਪਰ ਹੈ। ਤੋ ਹਰ ਟਾਈਮ ਪਰ ਹਮ ਬੱਚੋਂ ਕੋ ਇਹ ਸਿਖਾਤੇ ਨੇ ਗੁਰੂ ਕੀ ਚਲੀ ਹੋਈ ਚਾਲ ਕੇ ਉੱਪਰ ਆਪ ਚਲੇ। ਆਜ ਵੀ ਉਸਕੋ ਟ੍ਰੈਡੀਸ਼ਨਲ ਵੇ ਪੇ ਹਮਾਰੀ ਪੜ੍ਹਾਈਆਂ ਹੋਤੀ। ਸੋ ਵੈਲਿਊ ਬੇਸਡ ਐਜੂਕੇਸ਼ਨ ਵੀ ਹੋਤੀ ਹੈ ਉਸਕੋ। ਵੈਲਿਊ ਬੇਸਡ ਐਜੂਕੇਸ਼ਨ ਮੀਨਸ ਹਮ ਲੋਕ ਅਲੱਗ ਪੀਰੀਅਡ ਨਹੀਂ ਲਗਾਤਾ ਹੂੰ, ਬੱਚੋਂ ਕੋ ਸ਼ੁਰੂ ਸੇ ਉਨਕੋ ਡਾਇਰੈਕਸ਼ਨ ਸੇ ਉਸ ਤਰ੍ਹਾਂ ਕੀ ਗਰੋ ਇਹ ਰਾਸਤਾ ਉਨਕੋ ਦਿਖਾਇਆ ਜਾਤਾ ਹੈ। ਇਸ ਲਈ ਬੱਚੇ ਡਿਸਿਪਲਿਨ ਈਵਨ ਤੋ ਇਹ ਬੈਕਵਰਡ ਏਰੀਆ ਮੇਂ ਇੱਕ ਸਕੂਲ ਹੈ, ਹਮਾਰੇ ਬੱਚੋਂ ਕੀ ਜੋ ਪਰਵਰਿਸ਼ ਹੈ ਹਮ ਉਸ ਤਰ੍ਹਾਂ ਕੀ ਕਰਦੇ ਹਾਂ, ਟ੍ਰੈਡੀਸ਼ਨਲ ਇੰਡੀਆ ਕੀ ਪਰਵਰਿਸ਼ ਹੋਤੀ ਹੈ। ਸਰ ਯਹਾਂ ਪਰ ਕੇਵਲ ਕਿਤਾਬੀ ਕੀੜੇ ਨਹੀਂ ਬਣਾਇਆ ਜਾਤਾ ਕਿ ਵੋ ਪੜ੍ਹੇ ਔਰ ਕਿਤਾਬੀ ਕੀੜੇ ਬਣ ਗਏ, ਵੋ ਬਾਤ ਨਹੀਂ ਹੈ। ਕਲਚਰਲ ਐਕਟੀਵਿਟੀਜ਼ ਆਪਕੇ ਬੱਚੋਂ ਮੇਂ ਬਹੁਤ ਹੀ ਟੈਲੈਂਟ ਹੈ, ਗੇਮਸ ਮੇਂ ਆਪਕੇ ਬੱਚੇ ਹੈ ਜੋ ਹਮੇਸ਼ਾ ਜੋ ਹੈ ਸਕੂਲ ਜੋ ਮੱਲੇ ਮਾਰ ਰਿਹਾ ਹੈ, ਕਿਆ ਕਾਰਨ ਹੈ ਕਿ ਆਪਨੇ ਮਤਲਬ ਕੇਵਲ ਸਟੱਡੀ ਕੇ ਉੱਪਰ ਇਹ ਧਿਆਨ ਨਹੀਂ ਦਿਆ, ਉਸਕੇ ਸਾਥ ਕਲਚਰਲ ਐਕਟੀਵਿਟੀਜ਼, ਗੇਮਸ ਔਰ ਐਕਸਟਰਾ ਕਰਿਕੁਲਰ ਐਕਟੀਵਿਟੀਜ਼ ਮੇਂ ਵੀ ਆਪਕਾ ਜੋ ਹੈ ਮਾਇੰਡ ਆਪ ਬੱਚੋਂ ਕਾ ਲਗਾਤੇ ਹੈ ਔਰ ਇਸ ਤਰ੍ਹਾਂ ਸੇ ਉਨਕੋ ਜੋ ਮਾਇੰਡ ਸੈਟ ਅਪ ਹੈ ਵੋ ਵੀ ਬੜੀਆ ਰਹਿਤਾ ਹੈ ਔਰ ਜੋ ਸਿਹਤ ਹੈ ਬੱਚੋਂ ਕੀ ਵੋ ਵੀ, ਉਸਕੇ ਬਾਰੇ ਮੇਂ ਕਿਆ ਕਹਿਣਾ ਚਾਹੀਂ। ਐਕਚੁਲੀ ਐਜੂਕੇਸ਼ਨ ਮੀਨਸ ਓਵਰਆਲ ਡਿਵੈਲਪਮੈਂਟ ਹੋਣਾ ਚਾਹੀਏ, ਸਟੱਡੀਜ਼ ਕੱਲਾ ਕਾਮਯਾਬ ਨਹੀਂ ਕਰ ਸਕਦੀ ਹੈ। ਇਸੀ ਕਿ ਇਸ ਬਾਤ ਪਰ ਧਿਆਨ ਰੱਖੇ ਹਮ ਲੋਕ ਨੇ ਬੱਚੋਂ ਕੋ ਇੱਕ ਘੰਟੇ ਕੀ ਐਕਟੀਵਿਟੀ ਪੀਰੀਅਡ ਦਿਆ ਜਾਤਾ ਹੈ, ਉਸਮੇਂ ਬੱਚੇ ਆਪਣੇ ਮਨ ਕੀ
कोई मर्जी गेम्स, और हम साल में हर एक एक्स्ट्रा एक्टिविटीज लाइक डिबेट, डिक्लेमेशन, क्विज कॉन्टेस्ट, हर तरफ की एक्स्ट्रा नॉलेज हम बच्चों को दिया जाता है, उसके ऊपर कॉम्पिटिशन्स करते हैं, उसमें बच्चों की कॉन्फिडेंस लेवल इस बात पर बच्चे हमारे, जब बच्चे 12वीं क्लास छोड़ के जाते हैं उस टाइम पर उनको हर तरफ की कॉन्फिडेंस और हर तरफ की नॉलेज मिल जाती है, तो आगे जाकर उनको कोई दिक्कत नहीं पड़ती। सर, जैसे कि हमारा स्कूल ये को एजुकेशन स्कूल है और इसमें वैल्यूज का बहुत ही ध्यान रखा जाता है, और उनको बच्चों को कॉन्फिडेंस हो जाता है कि कल को उन्होंने सोसाइटी में जाना है या फॉर्म में जाकर अपना लाइफ गुजारनी है, तो उनको एक एक यहां पर एक नई तरीके की जो है वो जान उनमें फूट जाती है कि बच्चों को कभी भी प्रॉब्लम नहीं आती किसी डिपार्टमेंट में, क्योंकि आज हर डिपार्टमेंट में जहाँ भी हम जाते हैं तो जहाँ हम सर्विस करते हैं या बाहर जाते हैं तो नेचुरली बात है कि हमें दुनिया में विचरना पड़ता है। जैसे आपने कहा कि वेस्टर्न कल्चर को हमने हैवी नहीं होने दिया, और उसके अलावा जो है टीचर्स हैं जो बहुत ध्यान रखते हैं इन चीज़ों का, उसके बारे में क्या कहना चाहें? सो मैं ऑलरेडी आपको कह चुका हूँ जो हमारे स्कूल की कामयाबी है एक टीम एफर्ट्स है। इसमें क्या है, पेरेंट्स भी इक्वली इन्वॉल्वमेंट होती है, हमारे साथ साथ हमारे साथ दे देते हैं, तो पेरेंट्स की एक जिम्मेदारी वो अच्छी तरह निभाते हैं, टीचर्स अपने भाग निभाते हैं, हर तरफ की बंदे सिंसियरली एफर्ट डालते हैं, स्पेशली मैनेजमेंट अपनी तरह से भी कोई कमी पेशी ना रह जाए तो टीचर्स को और स्टाफ को इतना अच्छी तरह देखभाल करते हैं, और स्टूडेंट्स के अंदर इतनी टैलेंट्स है, हम टैलेंट्स को ही निकालते हैं, रादर हम उनको बुक बेस्ड स्टडीज नहीं करवाते। तो इस बात पर हमारे लिए बहुत एक्चुअली हम लोग किस्मत वाले समझना चाहिए, हमारे ट्रस्टी में सरदार परमजीत सिंह गिल DIG रिटायर्ड हुए ने, उनकी वो फाउंडर है हमारा, वो इतना अच्छा गाइड करते हैं हमारे स्कूल हर टाइम पर आगे जाने की, उनको हर टाइम पर उन्होंने सोच रखे हुए हैं आगे जाने की चार। सो उस चीज़ के ऊपर उनकी ड्रीम्स को फिलफिल करने के लिए हम लोग आगे बढ़ते हैं। इसके अलावा इस ट्रस्टी में श्री एस के टुडेजा चेयरमैन और सरदार बलवंत सिंह रंधावा सेक्रेटरी हर तरफ की, और ट्रस्टी नाली ट्रस्टी, तो मिलजुल के काम करते हैं, एक ये भी एक रीजन है स्कूल की एक सक्सेस रह के जाती है। थैंक यू सर। थैंक यू। सत श्री अकाल, मैं करण सिंह श्री गुरु तेग बहादुर पब्लिक स्कूल तो, अज मैं तुहानू अपने स्कूल की ट्रांसपोर्ट फैसिलिटी बारे दसना चाहता हाँ। साडे स्कूल की ट्रांसपोर्ट फैसिलिटी बहुत ही ज़्यादा वधिया है, जिवें तुसीं साडे मेरे पिछे देख सकते हो कि बसा ही बसा खड़िया हैं, जिवें कि बच्चों की जरूरत के मुताबिक बसा की पूरे सुविधा है, जिवें बच्चे तुसीं देख सकते हो कि बसा की कंडीशन बहुत ही ज़्यादा वधिया है, अंदर बैठने वाली सीटों के उपर बहुत ही ज़्यादा वधिया कवर चढ़िया होया है ता कि छोटे बच्चे ने बैठने कोई औखा ना लगे, तो जिहड़े ड्राइवर कंडक्टर बसा चलाते हैं वह पूरे ट्रैफिक नियमों अपनी नज़र में रखते हुए ही बसों चलाते हैं, वह कदे काली नहीं करते, ना ही वध स्पीड से तो ना ही फाटकों से वध ट्रैफिक नियमों का उल्लंघन करते हैं। जिहड़े छोटे बच्चे होंगे कंडक्टर उन्होंने अपने हाथ में अपने उन्होंने घर छड़ के आता है ता कि बच्चों पूरी सेफ्टी उन्होंने घर पहुँचाया जा सके और उन्होंने कोई अजकल हो रहे क्राइम ना हो सकन। बाकी आती है साडे स्कूल की वाटर फैसिलिटी लिए साडे स्कूल के प्रिंसीपल ने बच्चों को पानी उपलब्ध कराने लिए RO सिस्टम लगवाया होया है ता कि बच्चों को अजकल फैल रही बीमारियों तो बचाया जा सके। पानी बहुत ही शुद्ध हुंदा है और गर्मियों में ठंडा पानी उपलब्ध कराया जाता है ता कि बच्चों को प्यासा ना लगे और वह चंगी तरह अपनी पढ़ाई उपर कंसंट्रेट कर सकन। माइसेल्फ हरमनप्रीत कौर फ्रॉम क्लास प्लस टू मेडिकल फ्रॉम गुरु तेग बहादुर पब्लिक स्कूल। साडा स्कूल स्पोर्ट्स के खेत्र में बहुत अगे है। ਸਾਡੇ ਸਕੂਲ ਵਿੱਚ ਹਾਈਲੀ ਕੁਆਲੀਫਾਈਡ ਅਤੇ ਹਾਈਲੀ ਐਕਸਪੀਰੀਅੰਸਡ DP ਟੀਚਰਸ ਹਨ। ਸਾਡੇ ਸਕੂਲ ਵਿੱਚ ਐਕਸਟਰਾ ਮਿਊਰਲ ਅਤੇ ਇੰਟਰਾ ਮਿਊਰਲ ਗੇਮਸ ਹੁੰਦੀਆਂ ਰਹਿੰਦੀਆਂ ਹਨ। ਸਾਡੇ ਸਕੂਲ ਦੇ ਜਿੰਨੇ ਵੀ ਸਪੋਰਟਸ ਪਰਸਨਸ ਅਤੇ ਐਥਲੀਟਸ ਬਾਹਰ ਖੇਡਣ ਜਾਂਦੇ ਹਨ ਉਹ ਹਮੇਸ਼ਾ ਹੀ ਸਟੇਟ ਅਤੇ ਨੈਸ਼ਨਲ ਲੈਵਲ 'ਤੇ ਚੰਗੀਆਂ ਪੋਜੀਸ਼ਨਸ ਹਾਸਲ ਕਰਕੇ ਲੈ ਕੇ ਆਉਂਦੇ ਹਨ। ਸਾਡਾ ਸਕੂਲ ਸਪੋਰਟਸ ਦੇ ਖੇਤਰ ਵਿੱਚ ਇੰਨਾ ਅੱਗੇ ਹੈ ਕਿ ਇਹ ਸਾਡੇ ਏਰੀਆ ਦਾ ਕੋਈ ਵੀ ਸਕੂਲ ਸਾਡੇ ਨਾਲ ਕੰਪੀਟ ਨਹੀਂ ਕਰਦਾ ਹੈ। ਸਾਡਾ ਸਕੂਲ ਹਮੇਸ਼ਾ ਹੀ ਗੇਮਸ ਅਤੇ ਸਪੋਰਟਸ ਐਕਟੀਵਿਟੀ 'ਚ ਅਵਲ ਆਉਂਦਾ ਰਿਹਾ। ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ, ਮਾਈ ਨੇਮ ਇਜ਼ ਤਨਿਸ਼ ਗੋਇਲ ਐਂਡ ਆਈ ਐਮ ਅ ਸਟੂਡੈਂਟ ਆਫ 9th ਕਲਾਸ ਆਫ ਗੁਰੂ ਤੇਗ ਬਹਾਦਰ ਪਬਲਿਕ ਸਕੂਲ। ਇਸ ਸਕੂਲ ਨੂੰ ਸਿਰਫ ਐਜੂਕੇਸ਼ਨ ਸਿਸਟਮ 'ਤੇ ਹੀ ਫੋਰਸ ਨਹੀਂ ਕੀਆ ਜਾਤਾ ਬਲਕਿ ਐਕਸਟਰਾ ਲਰਨਿੰਗ ਵੈਲਿਊਜ਼ ਵੀ ਬੱਚੋਂ ਕੋ ਸਿਖਾਈ ਜਾਤੀ ਹੈ। ਐਕਸਟਰਾ ਲਰਨਿੰਗ ਵੈਲਿਊਜ਼ ਸੇ ਮੇਰਾ ਮਤਲਬ ਹੈ ਕਿ ਹਮਾਰੀ ਰੋਜ਼ਮਰਾ ਜ਼ਿੰਦਗੀ ਮੇਂ ਡਿਸਿਪਲਿਨ ਕੈਸੇ ਮੈਂਟੇਨ ਕਰਨਾ ਔਰ ਪੇਸ਼ੈਂਸ ਕੈਸੇ ਰੱਖਣਾ ਔਰ ਬੱਚੋਂ ਔਰ ਟੀਚਰਸ ਕੇ ਸਾਥ ਕੈਸੇ ਡੀਲ ਕਰਨਾ, ਹਾਓ ਟੂ ਡੀਲ ਵਿਦ ਪੇਰੈਂਟਸ ਐਂਡ ਟੀਚਰਸ ਐਂਡ ਸਟੂਡੈਂਟਸ ਆਲਸੋ, ਔਰ ਐਕਸਟਰਾ ਲਰਨਿੰਗ ਵੈਲਿਊਜ਼ ਕੇ ਅੰਦਰ ਯੇ ਵੀ ਸ਼ਾਮਿਲ
स्किल है कि हम अपनी ज़िंदगी में ऑनेस्ट कैसे रह सकते हैं, पोलाइट कैसे रह सकते हैं और पेशेंस कैसे मेंटेन करते हैं. ये सारी एक्स्ट्रा लर्निंग वैल्यूज़ हैं जो हमारे स्कूल में सिखाई जाती हैं. वेरी गुड आफ्टरनून टू वन एंड ऑल. दिस इज समन अग्लैडिटोरियम फ्रॉम गुरु तेग बहादुर पब्लिक स्कूल. साडा स्कूल हर खेतर दे विच अगे है. एजुकेशन दे फील्ड दे विच विशेष तौर पर साडा स्कूल इंडिया के टॉप मोस्ट स्कूल दे विच काउंट हुंदा है. साडे स्कूल की फैकल्टी एक्सलेंट है ते हरेक टीचर का एक्सपीरियंस घट्टो घट 10 साल है. साडे स्कूल के स्टूडेंट्स 10th दे और प्लस टू दे हर साल ऑल इंडिया की मैरिट लिस्ट दे विच काउंट हुंदे हैं. जिवें कि तुसीं मेरे पिछे देख ही सकते हो 2014 दे रिजल्ट्स एक्सलेंट ने साडे स्कूल दे. इसे रिजल्ट तो असीं कंक्लूड कर सकते हैं कि टीचर्स की फैकल्टी सारे टीचर्स बहुत ही ज़्यादा फैब ने. इस तो अलावा साडे स्कूल नूं दो बहुत ही वड्डे वड्डे प्राइजेस मिले हैं, अवार्ड्स मिले हैं. इनसेड आई शुड से वन इज़ द गोल्डन अवार्ड एंड वन इज़ द ग्लोबल अवार्ड. आई एम जस्ट स्टैंडिंग इन फ्रंट ऑफ दिस ग्लोबल अवार्ड फॉर क्वालिटी प्रेस्टीज एंड बिजनेस फॉर परफेक्शन क्वालिटी एंड आइडियल परफॉर्मेंस. मेरा नाम जसमन कौर तो मैं गुरु तेग बहादुर पब्लिक स्कूल की विद्यार्थी हाँ. तो अज मैं गलबात कर जा रही हाँ साडे स्कूल की मैनेजमेंट लई. साडे स्कूल हरेक चीज़ बहुत ही ज़्यादा प्रोसीजराइज्ड है, हरेक चीज़ बहुत मैनेज्ड है. जिवें कि ट्रांसपोर्टेशन साडी लाइब्रेरी अड है, हरेक नूं बुक मिलने का स्पैसीफिक टाइम है. साडी ट्रांसपोर्ट सिस्टम दे साडे इंचार्ज टीचर्स ने वो हरेक चीज़ नूं बहुत ही सिस्टमैटाइज्ड वे च करदे ने. ऐदा नहीं कि जस्ट कंप्लीट करता वर्क, बहुत ही ज़्यादा सिस्टमाइज वे है. साडे स्कूल प्रॉपर डिसिप्लिन रहिंदा, हरेक चीज़ लई परफेक्ट टाइमिंग है, परफेक्ट मैनेजेबल सिस्टम है साडे स्कूल. असी हर एक चीज़ में प्रॉपर टाइम देंगे ने साडे स्कूल दे टीचर्स. मैनेजमेंट किवें, जिवें मैनेजमेंट प्रॉपर डिसिप्लिन दी, प्रॉपर स्कूल दे वर्क सी साडे लई. जिवें एक्टिविटी पीरियड सानू प्रोसाइज किया होया कि असी हमेशा एक्टिविटी पीरियड विच खेलन जाना, बट ये बाकी स्कूल दे विच सानू फैसिलिटीज़ नहीं मिलदियां. बट वी आर गैटिंग हेयर, वी आर गैटिंग प्रॉपर टाइमिंग फॉर जस्ट फॉर प्लेइंग गेम्स इन आर फिजिकल पीरियड, इन आर एक्टिविटी पीरियड, एंड वी आर ऑल्सो गैटिंग टाइम एज अ रिसेस एज अ प्रॉपर टाइमिंग. एवरी थिंग इज मैनेज, सो वी आर जस्ट गैटिंग ऑल दिस थिंग. मैंने घट टाइम के सारे साडे स्कूल इन्ना की कह सकती हाँ, बट साडे स्कूल की तारीफ इस तो भी घट अखरों में की नहीं जा सकती. साडा स्कूल सब तो बेस्ट है. थैंक यू. इस बिल्डिंग विच हर तरफ देखो पेड़ ही पेड़ है. साडे प्रिंसीपल श्री पी मधुसूदन जी ने वातावरण की शुद्धता का खास ख्याल रखते हुए हर जगह पेड़ ही पेड़ लगाए हुए हैं, जिस तरह के जिस तरह की वातावरण शुद्ध हो जाता है और साडे स्कूल के जो विद्यार्थी हैं वह हर समय इतने अपने आप को तरोताजा समझते हैं, जो कि वातावरण शुद्ध करने बहुत ही सहाई होता है. इस तरह बच्चे अपने आप को सारा दिन तरोताजा महसूस करते हैं.